दो भाषा जाम बोली लैंग्वेज बच्चेओ जे असीं कोई गल किसे नूं समझाउणी होवे तां किवें समझावांगे आओ असीं इन्हां चित्रां नूं देख के समझिए पहले चित्र विच रीमा अते टीना टेलीफोन उपर गलबात कर रहियां हन ओह अपनी गल एक दूसरे नूं बोल के समझा रहियां हन दूजे चित्र विच दादी जी चिट्ठी लिख रहे हन ओह अपने मन दे भावां नूं लिख के किसे नूं समझाउणा चाहुंदे हन तीजे चित्र विच एक बहुत छोटा बच्चा जो बोल नहीं सकदा अपनी मां नूं इशारे नाल समझा रहा है कि उसनूं भुख लगी है बच्चेओ ਇਹਨਾਂ ਚਿੱਤਰਾਂ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਆਪਣੀ ਗੱਲ ਕਿਸੇ ਨੂੰ ਸਮਝਾਉਣੀ ਹੋਵੇ ਤਾਂ ਬੋਲ ਕੇ ਲਿਖ ਕੇ ਜਾਂ ਇਸ਼ਾਰੇ ਨਾਲ ਸਮਝਾ ਸਕਦੇ ਹਾਂ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨ ਦੇ ਭਾਵਾਂ ਤੇ ਵਿਚਾਰਾਂ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ ਆਓ ਅਸੀਂ ਹੁਣ ਭਾਸ਼ਾ ਜਾਂ ਬੋਲੀ ਦੀਆਂ ਕਿਸਮਾਂ ਬਾਰੇ ਗੱਲ ਕਰੀਏ ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਪਹਿਲੀ ਮੌਖਿਕ ਭਾਸ਼ਾ ਦੂਜੀ ਲਿਖਤੀ ਭਾਸ਼ਾ ਮੌਖਿਕ ਭਾਸ਼ਾ ਬੱਚਿਓ ਇਸ ਚਿੱਤਰ ਵਿੱਚ ਦਾਦੀ ਜੀ ਬੱਚਿਆਂ ਨੂੰ ਕਹਾਣੀ ਸੁਣਾ ਰਹੇ ਹਨ ਅਤੇ ਬੱਚੇ ਕਹਾਣੀ ਸੁਣ ਕੇ ਸਮਝ ਰਹੇ ਹਨ ਜਦੋਂ ਅਸੀਂ ਬੋਲ ਕੇ ਆਪਣੀ ਗੱਲ ਕਿਸੇ ਦੂਸਰੇ ਵਿਅਕਤੀ ਨੂੰ ਦੱਸਦੇ ਹਾਂ ਅਤੇ ਉਹ ਸੁਣ ਕੇ ਉਸ ਗੱਲ ਨੂੰ ਸਮਝਦਾ ਹੈ ਤਾਂ ਉਹ ਮੌਖਿਕ ਭਾਸ਼ਾ ਹੁੰਦੀ ਹੈ ਲਿਖਤੀ ਭਾਸ਼ਾ ਬੱਚਿਓ ਇਸ ਚਿੱਤਰ ਵਿੱਚ ਪਿਤਾ ਜੀ ਰੋਹਨ ਨੂੰ ਹਿਸਾਬ ਦੇ ਸਵਾਲ ਕਾਪੀ ਵਿੱਚ ਲਿਖ ਕੇ ਸਮਝਾ ਰਹੇ ਹਨ ਅਤੇ ਰੋਹਨ ਉਹਨਾਂ ਨੂੰ ਪੜ੍ਹ ਕੇ ਸਮਝ ਰਿਹਾ ਹੈ ਜਦੋਂ ਅਸੀਂ ਆਪਣੀ ਗੱਲ ਕਿਸੇ ਦੂਸਰੇ ਵਿਅਕਤੀ ਨੂੰ ਲਿਖ ਕੇ ਦੱਸਦੇ ਹਾਂ ਅਤੇ ਉਹ ਲਿਖੀ ਹੋਈ ਗੱਲ ਨੂੰ ਪੜ੍ਹ ਕੇ ਸਮਝਦਾ ਹੈ ਤਾਂ ਉਸ ਨੂੰ ਲਿਖਤੀ ਭਾਸ਼ਾ ਕਹਿੰਦੇ ਹਨ ਆਓ ਅਸੀਂ ਹੁਣ ਹੋਰ ਭਾਸ਼ਾਵਾਂ ਜਾਂ ਬੋਲੀਆਂ ਬਾਰੇ ਗੱਲ ਕਰੀਏ ਪਹਿਲੀ ਬੋਲੀ ਹੈ ਮਾਂ ਬੋਲੀ ਜਨਮ ਲੈਣ ਤੋਂ ਬਾਅਦ ਬੱਚਾ ਜਿਹੜੀ ਭਾਸ਼ਾ ਆਪਣੀ ਮਾਂ ਕੋਲੋਂ ਸਿੱਖਦਾ ਹੈ ਉਸ ਨੂੰ ਮਾਂ ਬੋਲੀ ਕਹਿੰਦੇ ਹਨ ਦੂਜੀ ਬੋਲੀ ਹੈ ਪੰਜਾਬੀ ਬੋਲੀ ਪੰਜਾਬ ਦੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਬੋਲੀ ਨੂੰ ਪੰਜਾਬੀ ਬੋਲੀ ਕਹਿੰਦੇ ਹਨ ਪੰਜਾਬੀ ਬੋਲੀ ਪੰਜਾਬ ਦੀ ਰਾਜ ਭਾਸ਼ਾ ਹੈ ਤੀਜੀ ਬੋਲੀ ਹੈ ਰਾਸ਼ਟਰੀ ਬੋਲੀ ਜਾਂ ਭਾਸ਼ਾ ਇੱਕ ਦੇਸ਼ ਵਿੱਚ ਜਿਹੜੀ ਬੋਲੀ ਸਭ ਤੋਂ ਵੱਧ ਬੋਲੀ ਜਾਂਦੀ ਹੈ ਉਹ ਉਸ ਦੇਸ਼ ਦੀ ਰਾਸ਼ਟਰੀ ਬੋਲੀ ਜਾਂ ਰਾਸ਼ਟਰੀ ਭਾਸ਼ਾ ਹੁੰਦੀ ਹੈ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ ਚੌਥੀ ਬੋਲੀ ਹੈ ਅੰਤਰਰਾਸ਼ਟਰੀ ਬੋਲੀ ਜਾਂ ਭਾਸ਼ਾ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਬੋਲੀ ਨੂੰ ਅੰਤਰਰਾਸ਼ਟਰੀ ਬੋਲੀ ਜਾਂ ਭਾਸ਼ਾ ਕਹਿੰਦੇ ਹਨ ਅੰਗਰੇਜ਼ੀ ਨੂੰ ਅੰਤਰਰਾਸ਼ਟਰੀ ਬੋਲੀ ਜਾਂ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੈ ਬੱਚਿਓ ਦੁਨੀਆ ਵਿੱਚ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਬੋਲੀਆਂ ਅਤੇ ਲਿਖੀਆਂ ਜਾਂਦੀਆਂ ਹਨ ਜਿਵੇਂ ਭਾਰਤ ਵਿੱਚ ਹਿੰਦੀ ਇੰਗਲੈਂਡ ਵਿੱਚ ਅੰਗਰੇਜ਼ੀ ਅਰਬ ਦੇਸ਼ਾਂ ਵਿੱਚ ਅਰਬੀ ਚੀਨ ਵਿੱਚ ਚੀਨੀ ਜਰਮਨੀ ਵਿੱਚ ਜਰਮਨ ਜਾਪਾਨ ਵਿੱਚ ਜਾਪਾਨੀ ਆਦਿ ਮੈਂ ਹਿੰਦੀ ਬੋਲਦਾ ਹਾਂ ਮੈਂ ਅੰਗਰੇਜ਼ੀ ਬੋਲਦਾ ਹਾਂ ਮੈਂ